ਸਤਿਕਾਰਤ ਅਧਿਆਪਕ ਸਾਹਿਬਾਨ, ਤੁਹਾਡੇ ਨਾਲ ਜੋ ਪੁਰਾਣੀਆਂ CEP ਡਾਟਾ ਰਿਕਾਰਡਿੰਗ ਸ਼ੀਟਸ ਸ਼ੇਅਰ ਕੀਤੀਆਂ ਗਈਆਂ ਸੀਗੀਆਂ, ਉਸ ਡਾਟਾ ਰਿਕਾਰਡਿੰਗ ਸ਼ੀਟਸ ਦੇ ਵਿੱਚ ਜੋ 8ਵੀਂ 9ਵੀਂ 10ਵੀਂ ਦੀ ਸ਼ੀਟ ਸੀ, ਉਹਦੇ ਵਿੱਚ ਦਿੱਕਤ ਸੀ ਕਿ ਜਦੋਂ ਅਸੀਂ ਡਾਟਾ ਫਿਲ ਕਰਦੇ ਹਾਂ, ਜਿਵੇਂ ਤੁਹਾਡੇ ਸਾਹਮਣੇ ਮੈਂ ਪੰਜਾਬੀ ਦਾ ਡਾਟਾ ਫਿਲ ਕਰ ਰੱਖਿਆ, ਇੱਕ ਅਜ਼ਿਊਮ ਡਾਟਾ ਇਹ, ਤਾਂ ਜਦੋਂ ਅਸੀਂ ਸਮਰੀ ਕੰਪੀਟੈਂਸੀ ਤੇ ਜਾਂਦੇ ਹਾਂ ਤਾਂ ਉਹ ਖਾਲੀ ਰਹਿ ਜਾਂਦੀ ਹੈ ਕਿ ਪਹਿਲੀ ਕੰਪੀਟੈਂਸੀ ਹੈ ਜੋ ਉਸਦੇ ਕਿੰਨੇ ਪਰਸੈਂਟ ਕਰੈਕਟ ਆਂਸਰ ਨੇ, ਕਿੰਨੇ ਰੋਂਗ ਨੇ, ਇਹ ਖਾਲੀ ਰਹਿ ਗਈ। ਇੱਥੇ ਫਾਰਮੂਲਾ ਲੱਗਣਾ ਰਹਿ ਗਿਆ, ਕੁਐਸਚਨ ਵਾਈਜ਼ ਸਮਰੀ ਲੱਗੀ ਹੋਈ ਹੈ। ਤਾਂ ਫਿਰ ਤੁਹਾਡੇ ਨਾਲ ਅਸੀਂ ਸੋਧੀਆਂ ਸ਼ੀਟਾਂ ਜੋ ਐਕਸਲ ਸ਼ੀਟ ਸੀਗੀਆਂ ਸਾਂਝੀਆਂ ਕੀਤੀਆਂ। ਹੁਣ ਬਹੁਤ ਸਾਰੇ ਅਧਿਆਪਕ ਪਹਿਲਾਂ ਹੀ ਡਾਟਾ ਪੁਰਾਣੀਆਂ ਸ਼ੀਟਸ ਦੇ ਵਿੱਚ ਫੀਲਡ ਕਰੀ ਬੈਠੇ ਨੇ, ਤੇ ਅਸੀਂ ਵੀ ਸਮਝਦੇ ਹਾਂ ਕਿ ਉਹਨਾਂ ਦੀ ਮਿਹਨਤ ਦੁਬਾਰਾ ਨਾ ਹੋਵੇ। ਇਸ ਲਈ ਇਹ ਤੁਹਾਨੂੰ ਸੁਝਾਅ ਰਿਟਨ ਮੈਸੇਜ ਵਿੱਚ ਹੀ ਦੇ ਦਿੱਤਾ ਗਿਆ ਸੀ ਕਿ ਜੋ ਇਹ ਡੇਟਾ ਹੈ ਉਹ ਕਾਪੀ ਹੋ ਕੇ ਪੇਸਟ ਈਜ਼ਲੀ ਹੋ ਜਾਵੇਗਾ। ਬਹੁਤ ਸਾਰੇ ਅਧਿਆਪਕਾਂ ਨੂੰ ਇਹ ਆਉਂਦਾ ਵੀ ਹੈ, ਤੇ ਹੋ ਸਕਦਾ ਕੁਝ ਕੁ ਅਧਿਆਪਕਾਂ ਨੂੰ ਇਹ ਨਹੀਂ ਵੀ ਆਉਂਦਾ ਹੋਵੇ। ਜ਼ਰੂਰੀ ਨਹੀਂ ਕਿ ਇਹ ਜੋ ਐਕਸਲ ਦੇ ਵਿੱਚ ਕੰਮ ਹੁੰਦਾ ਹੈ, ਐਕਸਲ ਸ਼ੀਟ ਦੇ ਵਿੱਚ ਉਹਦਾ ਕਾਪੀ ਪੇਸਟ ਦਾ ਕੰਮ ਹਰ ਇੱਕ ਨੂੰ ਆਉਂਦਾ ਹੋਵੇ। ਇਹ ਵੀਡੀਓ ਬਣਾਉਣ ਦਾ ਮੰਤਵ ਵੀ ਇਹੀ ਹੈ ਕਿ ਮੈਨੂੰ 2 ਜਾਂ 3 ਅਧਿਆਪਕਾਂ ਦੇ ਫੋਨ ਆਏ ਕਿ ਸਾਨੂੰ, ਅਸੀਂ ਸਾਰੀ ਰਾਤ ਲਾ ਕੇ ਡਾਟਾ ਫਿਲ ਕੀਤਾ ਤੇ ਹੁਣ ਅਸੀਂ ਇਹਨੂੰ ਕਾਪੀ ਪੇਸਟ ਸਾਨੂੰ ਆਉਂਦਾ ਨਹੀਂ, ਕਿ ਕਿਵੇਂ ਕਰੀਏ। ਬਹੁਤ ਹੀ ਸੌਖਾ ਪ੍ਰੋਸੈਸ ਹੈ, ਬਹੁਤ ਜਲਦੀ ਦੇ ਵਿੱਚ ਤੁਹਾਨੂੰ ਦੱਸੂਗਾ ਕਿ ਤੁਹਾਡੀ ਸਾਰੀ ਟੈਨਸ਼ਨ ਸਿਰਫ 2 ਮਿੰਟਾਂ ਦੇ ਵਿੱਚ ਸੋਲਵ ਹੋ ਜਾਵੇਗੀ। ਇੱਕ ਐਕਸਲ ਸ਼ੀਟ ਤੁਹਾਡੇ ਸਾਹਮਣੇ ਫਿਲਡ ਪਈ ਹੈ। ਸਭ ਤੋਂ ਪਹਿਲਾ ਕੰਮ ਹੁੰਦਾ ਹੈ ਡੇਟਾ ਸਿਲੈਕਟ ਕਰਨਾ, ਜਿਸ ਨੂੰ ਤੁਸੀਂ ਕਾਪੀ ਕਰਕੇ ਦੂਜੇ ਪਾਸੇ ਲੈ ਕੇ ਜਾਣਾ ਹੈ। ਡੇਟਾ ਕੀ ਕਰਨਾ? ਸਿਲੈਕਟ ਕਰਨਾ। ਸਿਲੈਕਟ ਕਿੱਥੋਂ ਹੋਊਗਾ? ਆ ਤੁਹਾਡੇ ਸਾਹਮਣੇ ਕਰਜ਼ਰ ਘੁੰਮ ਰਿਹਾ ਹੈ, ਜਿਸ ਨੂੰ ਮੈਂ ਇਹਨੂੰ ਕਲਰ ਕਰਨ ਦੀ ਕੋਸ਼ਿਸ਼ ਕਰਦਾ। ਇਹ ਜਿਹੜਾ ABC ਵਾਲਾ ਹੈ, ਇਸ ਦੇ ਵਿੱਚ ਮੈਂ ਕਲਰ ਫਿਲ ਕਰਦਾ, ਜੇ ਇਹਦੇ ਵਿੱਚ ਕਲਰ ਫਿਲ ਹੋ ਕੇ ਤੁਹਾਨੂੰ ਈਜ਼ਲੀ ਜੋ ਹੈ ਸ਼ੋ ਹੋ ਜਾਵੇ। ਚਲੋ ABC ਇੱਥੋਂ ਲੈ ਕੇ ਜੋ ਲਾਸਟ 0 ਹੈ, ਜਿੱਥੇ ਤੱਕ ਦਾ ਡੇਟਾ, ਇੱਥੋਂ ਤੱਕ ਦਾ ਡੇਟਾ ਤੁਹਾਡਾ ਕਾਪੀ ਹੋਣਾ ਚਾਹੀਦਾ ਹੈ। ਉੱਤੋਂ ABC ਤੋਂ ਲੈ ਕੇ HJK ਤੱਕ, ਫਸਟ ਕਾਲਮ ਤੋਂ ਲੈ ਕੇ 12th ਕਾਲਮ ਤੱਕ, ਇਹਦਾ ਕੁਐਸਚਨ 20 ਇਸ ਕਾਰਨਰ ਤੋਂ ਲੈ ਕੇ ਇਸ ਕਾਰਨਰ ਤੱਕ ਡੇਟਾ ਤੁਹਾਡਾ ਸਿਲੈਕਟ ਹੋਊਗਾ, ਫਿਰ ਕਾਪੀ ਹੋਊਗਾ, ਫਿਰ ਪੇਸਟ ਹੋਊਗਾ। ਸਿਲੈਕਟ ਕਿਵੇਂ ਹੋਊਗਾ? ਤੁਸੀਂ ABC ਵਾਲੇ ਕਾਲਮ ਤੇ ਚਲਾ ਜਾਣਾ ਹੈ। ਹੁਣ ਤੁਸੀਂ ਆਪਣੇ ਮਾਊਸ ਦਾ ਜਾਂ ਲੈਪਟਾਪ ਦੀ ਟੱਚ ਪੈਡ ਦਾ ਲੈਫਟ ਕੀ ਪ੍ਰੈਸ ਕਰਕੇ ਰੱਖਣਾ ਹੈ। ਇੱਕ ਖੱਬੇ ਹੱਥ ਦੀ ਉਂਗਲ ਨਾਲ ਲੈਫਟ ਕੀ ਮਾਊਸ ਦਾ, ਸੋਰੀ ਟੱਚ ਪੈਡ ਦਾ, ਜੇ ਮੈਂ ਲੈਪਟਾਪ ਤੇ ਕੰਮ ਕਰ ਰਿਹਾ ਹਾਂ, ਉਹਨੂੰ ਪ੍ਰੈਸ ਕਰਕੇ ਰੱਖਣਾ ਹੈ, ਤੇ ਦੂਸਰੇ ਹੱਥ ਦੀ ਕੀ ਨਾਲ ਇਸ ਨੂੰ ਡਰੈਗ ਕਰੋਗੇ ਟੱਚ ਪੈਡ ਤੇ। ਯਾਨੀ ਦੂਸਰੇ ਹੱਥ ਦੀ ਕੀ ਨਾਲ ਲੈਫਟ ਕੀ ਦੱਬੀ ਰੱਖਣਾ, ਇਹਨੂੰ ਨਹੀਂ ਛੱਡਣਾ, ਤੇ ਇਸ ਨੂੰ ਅੱਗੇ ਦੇ ਅੱਗੇ ਇਦਾਂ ਡਰੈਗ ਕਰ ਲੈਣਾ ਹੈ। ਜੇ ਇਹੀ ਕੰਮ ਤੁਸੀਂ ਮਾਊਸ ਤੇ ਕਰਨਾ ਹੈ ਤਾਂ ਇੱਕੋ ਹੱਥ ਨਾਲ ਹੀ ਹੋ ਜਾਂਦਾ ਹੈ। ਤੁਹਾਡੀਆਂ 2 ਉਂਗਲਾਂ ਮਾਊਸ ਦੇ ਕੀਜ਼ ਤੇ ਹੁੰਦੀਆਂ, ਇੱਕ ਲੈਫਟ ਕੀ ਤੇ ਇੱਕ ਰਾਈਟ ਕੀ ਤੇ। ਲੈਫਟ ਕੀ ਦੱਬ ਕੇ ਰੱਖੋਗੇ ਕੁੰਡਲਾਂ ਤੇ, ਮਾਊਸ ਨੂੰ ਘੁਮਾਓਗੇ ਇਹ ਸਾਰੇ ਡੇਟੇ ਜਿੱਥੇ, ਡਰੈਗ ਕਰੋਗੇ ਤੇ ਇਹ ਨੀਲਾ ਹੋ ਜਾਏਗਾ ਜਿਵੇਂ ਤੁਹਾਨੂੰ ਨਜ਼ਰ ਆ ਰਿਹਾ ਹੈ, ਇਹ ਸਿਲੈਕਟ ਹੋ ਗਿਆ। ਹੁਣ ਇਸ ਨੂੰ ਕਾਪੀ ਕਰਨ ਦੇ 2 ਤਰੀਕੇ ਨੇ। ਇੱਕ ਤਾਂ ਸ਼ਾਰਟਕੱਟ ਹੈ ਕਿ ਕੰਟਰੋਲ CTRL ਲੈ ਕੇ ਬਟਨ ਹੁੰਦਾ ਹੈ, ਤੇ C ਇਸ ਤਰੀਕੇ ਦੱਬਿਆ, ਦੇਖੋ ਡਾਟਡ ਲਾਈਨਸ ਆਲੇ ਦੁਆਲੇ ਨੱਚਣ ਲੱਗ ਗਏ ਨਾ, ਬਟ ਇਟ ਮੀਨਸ ਕਾਪੀ ਹੋ ਗਿਆ। ਦੂਸਰਾ ਤਰੀਕਾ ਹੈ ਕਿ ਤੁਸੀਂ ਮਾਊਸ ਰਾਈਟ ਕਲਿੱਕ ਇਹਦੇ ਉੱਤੇ ਲੈ ਕੇ ਕਲਿੱਕ ਕਰੋਗੇ, ਉਹਦੇ ਤੇ ਆ ਕਾਪੀ ਦੀ ਆਪਸ਼ਨ ਤੁਹਾਨੂੰ ਨਜ਼ਰ ਆਵੇਗੀ, ਲੈਫਟ ਕੀ ਨਾਲ ਕਾਪੀ ਕਰ ਲਓਗੇ। ਇਹ ਡੇਟਾ ਤੁਹਾਡਾ ਹੁਣ ਕਾਪੀ ਹੋ ਗਿਆ। ਹੁਣ ਜਿੱਥੇ ਇਸ ਨੂੰ ਪੇਸਟ ਕਰਨਾ, ਇਸ ਸ਼ੀਟ ਨੂੰ ਤੁਸੀਂ ਮਿਨੀਮਾਈਜ਼ ਕਰ ਲਓ, ਉੱਤੇ ਜੋ ਮਾਈਨਸ ਦਾ ਨਿਸ਼ਾਨ ਹੈ ਇਸ ਨਾਲ ਮਿਨੀਮਾਈਜ਼ ਕਰ ਲਓ, ਤੇ ਹੁਣ ਖੋਲ ਲਓ ਨਵੀਂ ਸ਼ੀਟ ਜਿੱਥੇ ਤੁਸੀਂ ਫਿਲ ਕਰਨਾ ਚਾਹੁੰਦੇ ਹੋ। ਆਹ ਸਾਡੀ ਨਵੀਂ ਸ਼ੀਟ ਹੈ।
ਇਹ ਖੋਲ ਲਿਆ ਸੀ, ਇਨੇਬਲ ਐਡੀਟਿੰਗ ਕਰ ਲਈ, ਨਵੇਂ ਜਿੰਨੇ ਵੀ ਲੈਪਟਾਪਸ ਨੇ ਉਹ ਚ ਐਡੀਟਿੰਗ ਇਨੇਬਲ ਕਰਨੀ ਪੈਂਦੀ ਹੈ। ਪੰਜਾਬੀ ਤੇ ਗਏ, ਪਹਿਲੇ ਸਟੂਡੈਂਟ ਨੂੰ ਕਲਿੱਕ ਕੀਤਾ। ਹੁਣ ਪੇਸਟ ਕਰਨ ਦੇ ਵੀ ਦੋ ਤਰੀਕੇ ਨੇ, ਜਿਵੇਂ ਇੱਕ ਸ਼ਾਰਟਕੱਟ, ਇੱਕ ਮਾਊਸ ਵਾਲਾ ਟੱਚ ਪੈਡ ਵਾਲਾ। ਸ਼ਾਰਟਕੱਟ ਸੀ ਹੈ Ctrl V, Ctrl+V, Ctrl+V ਦੋਨੇ ਕੀਜ਼ ਇਕੱਠੀਆਂ ਪ੍ਰੈਸ ਕਰਨੀਆਂ ਨੇ, ਜਿਵੇਂ Ctrl+C ਤੇ ਕਾਪੀ ਸੀ, Ctrl+V ਤੇ ਪੇਸਟ ਹੁੰਦਾ ਹੈ। ਦੂਸਰਾ ਹੈ ਤੁਹਾਡਾ ਮਾਊਸ ਰਾਈਟ ਕਲਿੱਕ ਕਰੋਗੇ, ਤੁਹਾਨੂੰ ਇੱਥੇ ਪੇਸਟ ਦੀ ਆਪਸ਼ਨ ਨਜ਼ਰ ਆਵੇਗੀ, ਤਾਂ ਉਹ ਤੁਸੀਂ ਪੇਸਟ ਕਰ ਦੇਣਾ ਇੱਥੋਂ ਜਾ ਕੇ। ਆ ਤੁਹਾਡਾ ਡਾਟਾ ਕੀ ਹੋ ਗਿਆ, ਪੇਸਟ ਹੋ ਗਿਆ। ਹੁਣ ਡਾਟਾ ਪੇਸਟ ਹੋ ਗਿਆ ਤੁਹਾਡੇ ਸਾਹਮਣੇ, ਡਾਟਾ ਫਿਲਡ ਹੋ ਗਿਆ ਪੰਜਾਬੀ ਦਾ। 1 ਮਿੰਟ ਦੇ ਵਿੱਚ ਇੱਕ ਸ਼ੀਟ ਤੋਂ ਦੂਸਰੀ ਸ਼ੀਟ ਦੇ ਵਿੱਚ ਆ ਗਿਆ। ਹੁਣ ਅਸੀਂ ਸਮਰੀ ਕੰਪੀਟੈਂਸੀ ਦੇਖਦੇ ਹਾਂ। ਦੇਖੋ, ਕਿਉਂਕਿ ਅਸੀਂ 5 ਤੇ 5 10 ਤੇ 4 14 6 20 ਕੁਐਸਚਨ ਹੀ ਫਿਲ ਕੀਤੇ ਸੀਗੇ, ਪਹਿਲੇ 20 ਦੀਆਂ ਜੋ ਕੰਪੀਟੈਂਸੀ ਦੀ ਜੋ ਸਮਰੀ ਹੈ ਉਹ ਨਿਕਲ ਗਈ ਹੈ। ਇੱਧਰ ਕੁਐਸਚਨ ਵਾਈਜ਼ ਸਮਰੀ ਵੀ ਤੁਹਾਡੀ ਨਿਕਲ ਗਈ ਹੈ। ਕੁਐਸਚਨ ਵਾਈਜ਼ ਸਮਰੀ 'ਚ ਜੋ ਖਾਨੇ ਖਾਲੀ ਦਿਖਾਈ ਦੇ ਰਹੇ ਹਨ ਉਸ ਦਾ ਅਰਥ ਇਹ ਹੈ ਕਿ ਉਹ 100% ਬੱਚਿਆਂ ਨੇ ਉਹ ਕੁਐਸਚਨ ਠੀਕ ਕੀਤਾ ਹੈ, ਅਤੇ ਕਰੈਕਟ ਆਨਸਰ 100% ਅਤੇ ਇਨਕਰੈਕਟ 0%। ਸੋ ਇਹ ਸੀ ਸਾਡੀ ਡਾਟਾ ਕਾਪੀ ਪੇਸਟ ਦੀ ਜੋ ਟੈਕਨੀਕ ਸੀਗੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਨਾਲ ਕੁਝ ਨਾ ਕੁਝ ਆਸਾਨੀ ਹੋਵੇਗੀ ਆਪਣੇ ਡੇਟੇ ਨੂੰ ਇੱਕ ਸ਼ੀਟ ਤੋਂ ਦੂਸਰੀ ਸ਼ੀਟ ਤੱਕ ਲੈ ਕੇ ਜਾਣ ਦੇ ਵਿੱਚ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।